ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਨਵੇਂ ਚੈਨਲ ਜੀ, ਨਾਮ ਹੈ ਜੀ ਟੈੱਕ ਪੰਜਾਬੀ 360। ਅਤੇ ਇਸ ਚੈਨਲ ਬਾਰੇ ਮੈਂ ਪਹਿਲੇ ਤੁਹਾਨੂੰ ਥੋੜ੍ਹਾ ਦੱਸਦਾ। ਇਹ ਚੈਨਲ ਦੋਸਤੋ ਆਪਣੇ ਜਿੰਨੇ ਵੀ ਟੈਕਨੋਲੋਜੀ ਰਿਲੇਟਡ ਵੀਡੀਓ ਟਟੋਰੀਅਲ ਲੈ ਕੇ ਆਉਂਦਾ ਆ, ਅਤੇ ਜਿੰਨੇ ਵੀ ਟਟੋਰੀਅਲਸ ਹੁੰਦੇ ਆ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੁੰਦੇ ਆ, ਅਤੇ ਜਿੰਨੇ ਵੀ ਟੈਕਨੋਲੋਜੀ ਦੇ ਸਾਰੇ ਮੈਸੇਜ ਕਵਰ ਕਰਦਾ, ਅਤੇ ਹੋਰ ਵੀ ਵਧੀਆ ਵਧੀਆ ਟੋਪਿਕ ਲੈ ਕੇ ਆਊਂਗਾ। ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦੇਵਾਂ। ਇਹਦੇ 'ਚ ਮੈਂ ਪਹਿਲੇ ਦੋ ਵੀਡੀਓ ਅਪਲੋਡ ਕੀਤੀਆਂ, ਜਿਹਦੇ 'ਚ ਮੈਂ ਪਹਿਲੀ ਵੀਡੀਓ ਕੀਤੀ ਸੀ ਕਿ ਆਪਾਂ ਆਪਣਾ ਜਿਹੜਾ ਪੈਨ ਡਰਾਈਵ ਵਗੈਰਾ ਜਾਂ ਹਾਰਡ ਡਿਸਕ ਹੋ ਗਈ ਜਾਂ ਮੈਮਰੀ ਕਾਰਡ ਹੋ ਗਏ, ਉਹਦੇ 'ਚੋਂ ਅਗਰ ਸਾਡੇ ਤੋਂ ਡਿਲੀਟ ਹੋ ਗਿਆ ਜਾਂ ਫੋਰਮੈਟ ਹੋ ਗਿਆ ਡਾਟਾ, ਵਾਪਸ ਕਿਵੇਂ ਲੈ ਕੇ ਆ ਸਕਦੇ ਹਾਂ। ਤੁਸੀਂ ਉਹ ਅਗਰ ਲੈ ਕੇ ਆਉਣਾ ਚਾਹੁੰਦੇ ਹੋ ਵਾਪਸ ਤਾਂ ਵੀਡੀਓ ਦੇਖ ਸਕਦੇ ਹੋ। ਅਗਰ ਤੁਸੀਂ ਆਪਣੀ ਵਿੰਡੋ 10 ਨੂੰ ਐਕਟੀਵੇਟ ਕਰਨਾ ਚਾਹੁੰਦੇ ਹੋ, ਤੁਸੀਂ ਇਸ ਵੀਡੀਓ ਤੋਂ ਵਿੰਡੋ 10 ਨੂੰ ਐਕਟੀਵੇਟ ਕਰ ਸਕਦੇ ਹੋ। ਅਤੇ ਅੱਜ ਮੈਂ ਤੁਹਾਨੂੰ ਜਿਹੜਾ ਟੋਪਿਕ ਆ ਉਹ ਹੈ ਕਿ ਆਪਾਂ ਜਿਹੜਾ ਕੰਪਰੈਸ ਫਾਈਲ ਹੈ ਜਿਵੇਂ RAR ਅਤੇ ਜ਼ਿਪ ਫਾਈਲ, ਜਿਹੜੀਆਂ ਫਾਈਲਾਂ ਹੁੰਦੀਆਂ ਇਹਨੂੰ ਜਦੋਂ ਅਸੀਂ ਬਿਨ RAR ਨਾਲ ਐਕਸਟ੍ਰੈਕਟ ਕਰਦੇ ਹਾਂ, ਅਤੇ ਉਦੋਂ ਅਗਰ ਜੇ ਉਹ ਪਾਸਵਰਡ ਪ੍ਰੋਟੈਕਟਡ ਹੋਣ ਤਾਂ ਉਹਨਾਂ ਨੂੰ ਆਪਾਂ ਕਿਵੇਂ, ਮਤਲਬ ਉਹਨਾਂ ਦਾ ਪਾਸਵਰਡ ਕਿਵੇਂ ਖੋਲ੍ਹ ਸਕਦੇ ਹਾਂ, ਉਹਨਾਂ ਨੂੰ ਮਤਲਬ ਅਨਲੋਕ ਕਿਵੇਂ ਕਰ ਸਕਦੇ ਹਾਂ। ਅਤੇ ਉਸ ਲਈ ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਜ਼ਿਪ ਫਾਈਲ ਬਣਾ ਕੇ ਦਿਖਾਉਂਦਾ। ਜਿਵੇਂ ਮੰਨ ਲਓ ਇਹ ਜਿਹਦੇ 'ਚ ਅਸੀਂ ਲਿਖਿਆ ਉਹੀ ਅਸੀਂ ਉਹਨੂੰ ਹੀ ਕਰਦੇ ਹਾਂ ਜ਼ਿਪ ਫਾਈਲ, ਠੀਕ ਹੈ। ਇਹਦੇ ਵਿੱਚ ਲਿਖ ਰਹੇ ਸੀਗੇ, ਇਹਦੇ 'ਤੇ ਰਾਈਟ ਕਲਿੱਕ ਕਰਕੇ ਐਡ ਟੂ ਅਚੀਵ, ਪਹਿਲੇ ਆਪਾਂ ਜ਼ਿਪ ਫਾਈਲ ਬਣਾਵਾਂਗੇ। ਸੈੱਟ ਪਾਸਵਰਡ, ਆਪਾਂ ਪਾਸਵਰਡ ਰੱਖ ਦਿੰਦੇ ਕੁਛ ਵੀ ABC, ਠੀਕ ਹੈ ਦੋਸਤੋ। ਓਕੇ ਓਕੇ, ਫਾਈਲ ਬਣ ਗਈ ਹੈ ਜੀ। ਇਹਨੂੰ ਐਕਸਟ੍ਰੈਕਟ ਕਰਾਂਗੇ, ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੈਂ ਐਕਸਟ੍ਰੈਕਟ ਓਕੇ ਕਰਦਾ ਤਾਂ ਪਾਸਵਰਡ ਮੰਗਦਾ, ਅਤੇ ਪਾਸਵਰਡ ਮੈਂ ਕੁਛ ਵੀ ਗਲਤ ਭਰ ਦੇਣਾ ਅਤੇ ਓਪਨ ਹੀ ਨਹੀਂ ਹੁੰਦੀ। ਅਤੇ ਉਸ ਨੂੰ ਓਪਨ ਕਰਨ ਲਈ ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਸੋਫਟਵੇਅਰ ਦੱਸਣਾ ਚਾਹੁੰਦਾ ਜੀ। ਇਹ ਹੈ ਜੀ ਯੂਜ਼ ZC ਸੈਟਅਪ, ਇਹਨੂੰ ਇੰਸਟਾਲ ਕਰ ਲੈਣਾ। ਇਹ ਜ਼ਿਪ ਫਾਈਲ ਨੂੰ ਸਿਰਫ ਖੋਲ੍ਹਣ ਲਈ ਹੈ। ਉਸ ਤੋਂ ਬਾਅਦ ਜੀ ਇਹ ਟ੍ਰਾਇਲ ਵਰਜਨ ਹੈ, ਇਹਨੂੰ ਕੁਇਟ ਕਰ ਦੇਣਾ। ਆਪਾਂ ਇਹਦਾ ਕਰੈਕ ਵਰਜਨ ਵੀ ਹੈਗਾ ਆਪਣੇ ਕੋਲ। ਆਪਾਂ ਨੂੰ ਪ੍ਰੋਪਰਟੀਜ਼ 'ਚ ਜਾਣਾ, ਓਪਨ ਫਾਈਲ ਲੋਕੇਸ਼ਨ, ਅਤੇ ਇੱਥੇ ਅਸੀਂ ਜਾ ਕੇ ਜਿਹੜਾ ਕਰੈਕ ਵਾਲੇ ਫੋਲਡਰ 'ਚ ਉਹਨੂੰ ਕਾਪੀ ਕਰਕੇ ਇੱਥੇ ਪੇਸਟ ਕਰ ਦੇਣਾ। ਰਿਪਲੇਸ, ਕੰਟੀਨਿਊ, ਅਤੇ ਹੁਣ ਇਹ ਸਾਡਾ ਕਰੈਕ ਹੋ ਗਿਆ। ਅਸੀਂ ਕੋਈ ਵੀ ਪਾਸਵਰਡ, ਜਿੰਨੇ ਮਰਜ਼ੀ ਵੱਡੇ ਪਾਸਵਰਡ ਅਸੀਂ ਖੋਲ੍ਹ ਸਕਦੇ ਹਾਂ। ਅਤੇ ਹੁਣ ਮੈਂ ਇਹਦੇ ਨਾਲ ਇਸ ਚੀਜ਼ ਦਾ ਪਾਸਵਰਡ ਖੋਲ੍ਹਦਾ। ਉਹ ਬਰਾਊਜ਼ ਕਰਦੇ ਹਾਂ, ਓਪਨ ਕਰਨ ਲਈ ਬਰਾਊਜ਼, ਡੈਸਕਟੋਪ, ਨਿਊ ਟੈਕਸਟ ਡਾਕੂਮੈਂਟ, ਨਿਊ ਟੈਕਸਟ ਡਾਕੂਮੈਂਟ ਓਪਨ, ਸਟਾਰਟ, ਨੈਕਸਟ ਨੈਕਸਟ, ਔਰ ਉਹਨੇ ਮਤਲਬ ਕੀ ਨੂੰ ਫਾਈਂਡ ਕਰ ਲਿਆ, ਇਸ ਲਈ ਆਪਾਂ ਕਰਾਂਗੇ ਕਾਪੀ। ਓਕੇ, ਐਕਸਟ੍ਰੈਕਟ, ਓਕੇ, ਇੱਥੇ ਅਸੀਂ ਪੇਸਟ ਕਰਾਂਗੇ ਜਦੋਂ ਕੀ ਨੂੰ। ਉਹ ਦੇਖੋ ਮਤਲਬ ਇਹ ਉਹਦਾ ਨਾਮ ਹੈ, ਉਸ ਤੋਂ ਬਾਅਦ ABC ਜਿਹੜਾ ਅਸੀਂ ਪਾਸਵਰਡ ਰੱਖਿਆ ਸੀ ਉਹਨੇ ਖੋਲ੍ਹਤਾ ਆ। ਬਸ ਕੱਲ੍ਹ ਅਸੀਂ ABC ਨੂੰ ਰੱਖਾਂਗੇ ਔਰ ਓਕੇ ਕਰਾਂਗੇ ਔਰ ਖੁੱਲ੍ਹ ਗਿਆ। ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਮੇਰੀ ਉਹੀ ਫਾਈਲ ਹੈ, ਠੀਕ ਹੈ ਜੀ। ਇੱਦਾਂ ਹੀ ਤੁਸੀਂ RAR ਦਾ ਵੀ ਖੋਲ੍ਹ ਸਕਦੇ ਹੋ। RAR ਦਾ ਖੋਲ੍ਹਣ ਲਈ ਪਹਿਲੇ ਸਾਨੂੰ RAR 'ਚ ਫਾਈਲ ਬਣਾਉਣੀ ਹੋਊਗੀ, ਇਹਨੂੰ ਹੀ ਅਸੀਂ ਹੁਣ RAR ਫਾਈਲ 'ਚ ਬਣਾਉਂਦੇ ਹਾਂ। RAR ਸੈੱਟ ਪਾਸਵਰਡ ਕੋਈ ਰੱਖ ਦਿੰਦੇ ਹਾਂ, ਜਿਵੇਂ 1 2 3 ਰੱਖ ਦਿੰਦੇ ਹਾਂ। ਓਕੇ, ਹੁਣ ਉਸ ਲਈ ਤੁਹਾਨੂੰ ਇੱਕ ਹੋਰ ਸੋਫਟਵੇਅਰ ਡਾਊਨਲੋਡ ਕਰਾਂਗਾ, ਇਹ ਜ਼ਿਪ ਫਾਈਲ ਨੂੰ ਖੋਲ੍ਹਣ ਲਈ ਹੈ ਔਰ RAR। ਇਸ ਤੋਂ ਪਹਿਲੇ ਤੁਹਾਨੂੰ ਕਿ ਪਤਾ ਕਿਵੇਂ ਲੱਗੇਗਾ ਕਿ ਜ਼ਿਪ ਕਿਹੜੀ ਔਰ RAR ਹੈ, ਤੁਸੀਂ ਜਦੋਂ ਇੱਥੇ ਰਾਈਟ ਕਲਿੱਕ ਕਰੋਗੇ ਪ੍ਰੋਪਰਟੀਜ਼, ਇਹ ਤੁਸੀਂ ਦੇਖ ਸਕਦੇ ਹੋ ਜ਼ਿਪ ਫਾਰਮੈਟ ਵਿੱਚ ਹੈ ਔਰ ਇਹ RAR.RAR। ਅਤੇ ਉਸ ਲਈ ਤੁਹਾਨੂੰ RAR ਫੋਲਡਰ 'ਚ ਜਾਣਾ ਹੋਊਗਾ। ਇਹ ਦੋਨੋਂ ਸੋਫਟਵੇਅਰ ਤੁਹਾਨੂੰ ਮੈਂ ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਵਿੱਚ ਲਿਖ ਦੂੰਗਾ, ਮਤਲਬ ਲਿੰਕ ਦੇ ਦੂੰਗਾ, ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ।
ਅਤੇ ਇਹਨੂੰ ਇੰਸਟਾਲ ਕਰਦੇ ਹਾਂ ਪਹਿਲੇ, ਇੰਸਟਾਲ, ਨੈਕਸਟ ਨੈਕਸਟ, ਯੈਸ ਨੈਕਸਟ ਨੈਕਸਟ, ਫਿਨਿਸ਼। ਇਹ ਵੀ ਇੰਸਟਾਲ ਹੋ ਗਿਆ, ਇਹਦਾ ਵੀ ਸਾਨੂੰ ਕਰੈਕ ਕਰਨਾ ਪੈਣਾ ਵਰਜਨ। ਇਹਦੀ ਫਾਈਲ ਲੋਕੇਸ਼ਨ ਓਪਨ ਕੀਤੀ, ਕਰੈਕ, ਕਾਪੀ ਅਤੇ ਪੇਸਟ, ਰਿਪਲੇਸ, ਕੰਟੀਨਿਊ। ਹੁਣ ਇਹਦੇ ਨਾਲ ਅਸੀਂ ਟਰਾਈ ਕਰਕੇ ਟਰਾਈ ਕਰਦੇ ਹਾਂ ਖੋਲ੍ਹਣ ਦੀ। ਇਹਦੇ ਤੁਸੀਂ ਫਾਈਲ ਓਪਨ ਕਰਨੀ ਹੈ ਔਰ ਡਾਕੂਮੈਂਟ 'ਤੇ ਜਾਣਾ, ਸੋਰੀ ਡੈਸਕਟੋਪ 'ਤੇ। ਠੀਕ ਹੈ, ਸਾਡਾ ਇਹੀ ਨਿਊ ਟੈਕਸ ਡਾਕੂਮੈਂਟ ਬਿਨ ਆਰ ਏ ਆਰ ਅਚੀਵ, ਔਰ ਇੱਥੇ ਸਿਰਫ ਓਨਲੀ ਆਰ ਏ ਆਰ ਫਾਈਲਸ ਹੀ ਦਿਖਣਗੀਆਂ, ਦੂਸਰੀ ਵਾਲੀ ਫਾਈਲ ਨਹੀਂ ਦਿਖੇਗੀ ਕਿਉਂਕਿ ਉਹ ਜ਼ਿਪ ਹੈ। ਅਤੇ ਆਰ ਏ ਆਰ ਵਾਲੀ ਫਾਈਲ ਮਿਲ ਗਈ ਓਪਨ, ਸਟਾਰਟ। ਦੇਖੋ ਇਹ ਤਾਂ ਕੁਛ ਟਾਈਮ ਵੀ ਲੱਗ ਸਕਦਾ, ਕੁਛ ਘੰਟੇ ਵੀ ਲੱਗ ਸਕਦੇ ਆ। ਉਹ ਪਾਸਵਰਡ ਜਿੰਨਾ ਕੁ ਮਤਲਬ ਸਟਰੋਂਗ ਰੱਖਿਆ ਹੋਏਗਾ, ਜਿਸ ਹਿਸਾਬ ਦਾ ਪਾਸਵਰਡ ਰੱਖਿਆ ਹੈਗਾ, ਓਨਾ ਹੀ ਵੱਧ ਤੋਂ ਵੱਧ ਟਾਈਮ ਲੱਗੇਗਾ ਕਿਉਂਕਿ ਇਹਨੇ ਇਕੱਲੀ ਇਕੱਲੀ ਜਿਹੜੇ ਫਾਈਲ ਹੈ ਉਹਨੂੰ ਦੇਖਣਾ ਆ, ਉਹਦੇ 'ਚ ਇਕੱਲਾ ਇਕੱਲਾ ਪਾਸਵਰਡ ਦਾ ਕੋਂਬੀਨੇਸ਼ਨ ਬਣਾ ਕੇ ਉਹ ਟਰਾਈ ਕਰੇਗਾ। ਜਿਹੜਾ ਉਹਨੂੰ ਕੋਂਬੀਨੇਸ਼ਨ ਸਹੀ ਲੱਗੇਗਾ ਉਹਦੇ ਨਾਲ ਮੈਚ ਹੋਏਗਾ, ਫਿਰ ਉਹ ਤੁਹਾਨੂੰ ਪਾਸਵਰਡ ਦੇਗਾ। ਮੈਨੂੰ ਲੱਗਦਾ ਇੱਥੇ ਕਾਫੀ ਟਾਈਮ ਲੱਗੇਗਾ, ਇਸ ਲਈ ਮੈਨੂੰ ਕੈਂਸਲ ਕਰਕੇ ਆਪਾਂ ਪਾਸਵਰਡ ਸੌਖਾ ਜਿਹਾ ਰੱਖਦੇ ਹਾਂ। ਚਲੋ ਤੁਹਾਨੂੰ ਮੈਂ ਡੈਮੋ ਹੀ ਦੇਣਾ ਆ, ਇਸ ਲਈ ਮੈਨੂੰ ਅਨਇੰਸਟਾਲ ਕਰਕੇ ਆਪਾਂ ਸਿਰਫ ਇੱਕ ਵਾਰ ਦਾ ਰੱਖਦਾ ਕਿਉਂਕਿ ਇਹ ਕਾਫੀ ਟਾਈਮ ਲੈਂਦਾ, ਕਿਉਂਕਿ ਇਹ ਇੱਕ ਮਿੰਟ ਪਹਿਲੇ ਮੈਂ ਤੁਹਾਨੂੰ ਦੱਸਦਾ ਯਾਰ, ਸੈੱਟ ਪਾਸਵਰਡ ਆਪਾਂ ਨੁਮੈਰਿਕ ਵਨ ਰੱਖ ਲੈਂਦੇ ਹਾਂ। ਓਕੇ ਓਕੇ ਠੀਕ ਹੈ, ਇਹਦੇ 'ਚ ਹੁਣ ਆਪਾਂ ਫਿਰ ਤੁਹਾਨੂੰ ਓਪਨ ਕਰਾਂਗੇ। ਇਹ 'ਚ ਬਰੂਟ ਫੋਰਸ ਅਟੈਕ ਕਰੇਗਾ ਜਿਹਦੇ ਵਿੱਚੋਂ ਕਾਫੀ ਟਾਈਮ ਲੱਗਦਾ ਹੁੰਦਾ ਆ। ਡਿਕਸ਼ਨਰੀ ਅਟੈਕ ਹੋ ਗਿਆ, ਬਰੂਟ ਫੋਰਸ ਅਟੈਕ ਹੋ ਗਿਆ, ਇਹਦੇ ਵਿੱਚ ਦੋਸਤੋ ਉਹ ਇਕੱਲੇ ਇਕੱਲੇ ਪਾਸਵਰਡ ਅਤੇ ਕੋਂਬੀਨੇਸ਼ਨ ਬਣਾ ਕੇ ਉਹ ਚੈੱਕ ਕਰੇਗਾ, ਇਸ ਲਈ ਇਹਦੇ 'ਚ ਟਾਈਮ ਜ਼ਿਆਦਾ ਲੱਗਦਾ। ਇਸ ਲਈ ਮੈਂ ਇਕੱਲਾ ਇੱਕ ਵਰਡ ਯੂਜ਼ ਕੀਤਾ ਔਰ ਉਹਨੇ ਫਾਈਂਡ ਕਰ ਲਿਆ। ਉਹ ਕਹਿੰਦਾ ਮਤਲਬ ਪਤਾ ਲੱਗ ਗਿਆ ਕਿ ਇੱਕ ਨੰਬਰ ਸਾਡਾ ਪਾਸਵਰਡ ਸੀ। ਐਕਸਟ੍ਰੈਕਟ ਫਾਈਲ ਹੇਅਰ, ਓਕੇ ਪਾਸਵਰਡ, ਓਕੇ ਠੀਕ ਹੈ ਜੀ, ਉਹਨੇ ਪਾਸਵਰਡ ਐਕਸਟ੍ਰੈਕਟ ਕਰਤਾ। ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸੇ ਵੀ ਮਤਲਬ ਫਾਈਲ ਦਾ ਜ਼ਿਪ ਹੋਵੇ ਜਾਂ ਆਰ ਏ ਆਰ 'ਚ ਕਿਸੇ ਵੀ ਕੰਪਰੈਸ ਫਾਈਲ ਦਾ ਤੁਸੀਂ ਪਾਸਵਰਡ ਮਤਲਬ ਆਰਾਮ ਨਾਲ ਤੋੜ ਸਕਦੇ ਹੋ ਅਗਰ ਤੁਹਾਨੂੰ ਕੋਈ ਜ਼ਰੂਰੀ ਡੇਟਾ ਚਾਹੀਦਾ ਹੋਵੇ। ਅਤੇ ਉਸ ਤੋਂ ਧੰਨਵਾਦ ਤੁਹਾਡਾ ਇਸ ਵੀਡੀਓ ਤੋਂ ਦੇਖਣ ਲਈ। ਅਤੇ ਪਲੀਜ਼ ਦੋਸਤੋ ਮੇਰੇ ਚੈਨਲ ਨੂੰ ਸਪੋਰਟ ਕਰਨੀ ਹੈ, ਸਬਸਕ੍ਰਾਈਬ ਕਰੋ ਅਤੇ ਮੇਰੀ ਵੀਡੀਓ ਅਗਰ ਤੁਹਾਨੂੰ ਚੰਗੀਆਂ ਲੱਗਦਾ ਲਾਈਕ ਕਰਿਓ ਅਤੇ ਕਮੈਂਟ 'ਚ ਆਪਣੇ ਵਿਚਾਰ ਲਿਖਿਓ ਅਤੇ ਸ਼ੇਅਰ ਕਰਿਓ। ਦੋਸਤੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਇਸ ਲਈ ਦੋਸਤੋ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਮੇਰੀ ਵੀਡੀਓ ਲਾਈਕ ਕਰੋ ਅਤੇ ਸ਼ੇਅਰ ਕਰੋ। ਅਤੇ ਫਿਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ।